ਕਾਂਗਰਸ ਦੇ ਆਗੂ ਸਰਦਾਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਉਹਨਾਂ ਨੇ ਬੋਲਦਿਆਂ ਅਡਰੈਸ ਕਰਦੇ ਉਹਨਾਂ ਨੇ ਇਹ ਦਾਅਵਾ ਕੀਤਾ ਕਿ ਸਾਡੇ ਨਾਲ 50-52 MLA ਜਿਹੜੇ ਉਹ ਸਾਡੇ ਸੰਪਰਕ ਦੇ ਨੇ ਆਮ ਆਦਮੀ ਪਾਰਟੀ ਦੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਸਾਡੇ ਸੰਪਰਕ ਦੀ ਦੱਸੋ ਤੁਸੀਂ ਕੌਣ ਆ ਕੌਣ ਨਹੀਂ ਕੋਈ ਏਦਾਂ ਹੋ ਹੀ ਨਹੀਂ ਸਕਦਾ ਕਿ ਪੰਜਾਬ ਦੇ ਵਿੱਚ ਆਮ ਘਰਾਂ ਦੇ ਮੁੰਡੇ ਜਿਹੜੇ MLA ਬਣੇ ਆ ਇਹਨਾਂ ਚੋਂ ਕੋਈ ਇਹਨਾਂ ਜਗੀਰਦਾਰਾਂ ਦੇ ਸੰਪਰਕ ਚ ਹੋਵੇ ਬਾਜਵਾ ਸਾਹਿਬ ਤੁਹਾਡੇ ਇੱਥੇ ਸੰਪਰਕ ਚ ਕਾਂਗਰਸ ਦਾ ਕੋਈ MLA ਨਹੀਂ ਤੁਸੀਂ ਇਹ ਦੱਸੋ ਵੀ ਕਾਂਗਰਸ ਦੇ ਕਿੰਨੇ MLA ਤੁਹਾਡੇ ਸੰਪਰਕ ਚ ਨੇ ਤੁਸੀਂ ਇਕੱਲੇ ਤੁਰੇ ਫਿਰਦੇ ਹੋ ਪਾਰਟੀ ਦਾ ਕੋਈ ਪ੍ਰਧਾਨ ਕੋਈ ਜ਼ਿਲ੍ਹਾ ਪ੍ਰਧਾਨ ਕੋਈ ਬੰਦਾ ਤੁਹਾਡੇ ਦਾ ਹੈਗਾ ਮਾਝੇ ਦੇ ਵਿੱਚ ਜਿਹੜੇ ਕਾਂਗਰਸ ਦੇ ਲੀਡਰ ਹੈ ਤੁਸੀਂ ਤਾਂ ਪੰਜਾਬ ਦੀ ਗੱਲ ਕਰਦੇ ਹੋ ਸਰ ਤੁਸੀਂ ਮਾਝੇ ਚ ਦੱਸੋ ਕਿ ਕਾਂਗਰਸ ਦੇ ਕਿੰਨੇ MLA ਜਿਹੜੇ ਆ ਉਹ ਤੁਹਾਡੇ ਸੰਪਰਕ ਚ ਨੇ ਜਿਹੜੇ ਕਾਂਗਰਸ ਦੇ ਆ ਕਾਂਗਰਸ ਦੇ ਜਿਹੜੇ ਵੱਡੇ ਇੱਥੇ ਲੀਡਰ ਦੇ ਸੁਖੀ ਰੰਧਾਵਾ ਜੀ ਤ੍ਰਿਪਤ ਬਾਜਵਾ ਜੀ ਸੁਖ ਸਰਕਾਰੀਆ ਜੀ ਪਾੜਾ ਜੀ ਜਿੰਨੇ ਮਾਝੇ ਵਾਲੇ ਆ ਅਰਨਾ ਚੌਹ ਜੀ ਦੀਨਾਨਗਰ ਤੋਂ ਜਿੰਨੇ ਮਾਝੇ ਵਾਲੇ ਆ ਬਾਜਵਾ ਸਾਹਿਬ ਇਹਨਾਂ ਚੋਂ ਕਿਹੜਾ ਇੱਕ ਦਾ ਹੱਥ ਤੇ ਖੜਾ ਕਰਾਓ ਵੀ ਇਹ ਤੁਹਾਡੇ ਨਾਲ ਹੈਗੇ ਆ ਤੁਹਾਡੇ ਨਾਲ ਨਾ ਤਾਂ ਕੋਈ ਮਾਝੇ ਚੋਂ MLA ਨਾ ਕੋਈ ਪੰਜਾਬ ਚੋਂ ਕਾਂਗਰਸ ਦਾ MLA ਤੁਸੀਂ ਇਕੱਲੇ ਬਾਜੀ ਖੇਡ ਰਹੇ ਹੋ ਕਾਂਗਰਸ ਨੇ ਤੁਹਾਨੂੰ ਪ੍ਰਧਾਨ ਲਾ ਕੇ ਵੇਖ ਲਿਆ ਜਦੋਂ ਤੁਸੀਂ ਪੰਜਾਬ ਦੇ ਪ੍ਰਧਾਨ ਸੀ ਉਦੋਂ ਮੇਰੇ ਖਿਆਲ ਕਾਂਗਰਸ ਦੇ 30-35 ਸ਼ਾਇਦ MLA ਸੀਗੇ ਮੈਨੂੰ ਕਰੈਕਟ ਗਿਣਤੀ ਦਾ ਨਹੀਂ ਪਤਾ ਤੁਹਾਡੇ ਨਾਲ ਉਦੋਂ ਕੋਈ ਨਹੀਂ ਸਰ ਜਿਸ ਲੀਡਰ ਦਾ ਆਪਣੀ ਪਾਰਟੀ ਦਾ ਕੋਈ ਬੰਦਾ ਨਹੀਂ ਉਹ ਲੀਡਰ ਕਿੱਥੋਂ ਦਾਅਵੇ ਕਰਦਾ ਫਿਰਦਾ ਕਿ ਸਾਡੇ ਸੰਪਰਕ ਚ ਨੇ ਜੀ ਏਦਾਂ ਜੀ ਕਦੀ ਸਾਡੇ ਬਾਰੇ ਸਾਡੇ MLA ਬਾਰੇ ਕਦੀ ਇਹ ਕਿਹੜਾ ਮਾਲ ਆ ਜੀ ਕਿਹੜਾ ਮਟੀਰੀਅਲ ਆ ਜੀ ਸਰ ਜੀ ਅਸੀਂ ਤੁਹਾਡੇ ਵਰਗੇ ਮਟੀਰੀਅਲ ਦੇ ਹੁਣ ਮੱਥੇ ਨਹੀਂ ਲੱਗਣਾ ਚਾਹੁੰਦੇ ਤੁਹਾਡੇ ਜਗੀਰਦਾਰਾਂ ਦੇ ਸਰਮਾਏਦਾਰਾਂ ਦੇ ਸਤਾਏ ਆਮ ਮੁੰਡੇ ਜਿਹੜੇ ਪੰਜਾਬ ਦੇ ਲੋਕਾਂ ਨੇ MLA ਬਣਾਏ ਆ ਔਰ ਸਾਡਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਹਦੇ ਤੇ ਤੁਸੀਂ ਨੁਕਤਾਚੀਨੀ ਕਰਦੇ ਹੋ ਕਦੀ ਇਹ ਤਾਂ ਸੋਚੋ ਤੁਸੀਂ ਬਾਜਵਾ ਸਾਹਿਬ ਇਹ ਕਹਿਣ ਦੀ ਬਜਾਏ ਕਿ ਸਾਡੇ ਸੰਪਰਕ ਚ ਫਲਾਣਾ ਢੀਂਗੜਾ ਤੁਸੀਂ ਪਿਛਲੇ 5 ਸਾਲ ਜੋ ਕਾਂਗਰਸ ਨੇ ਪੰਜਾਬ ਦੇ ਵਿੱਚ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ ਤੁਹਾਡੀ ਸਰਕਾਰ ਨੇ ਜੋ ਕੀਤਾ ਉਹ ਦੱਸੋ ਕੀ ਕੀਤਾ ਅਸੀਂ ਤਾਂ ਰੋਜ਼ ਮਾਨ ਸਾਹਿਬ ਭਰਤੀ ਕਰ ਰਹੇ ਆ ਰੋਜ਼ ਲੋਕਾਂ ਨੂੰ ਨੌਕਰੀਆਂ ਦੇ ਰਹੇ ਆ ਸਰ ਬਿਜਲੀ ਫਰੀ ਕੀਤੀ ਆ ਤੁਸੀਂ ਉਦਾਂ ਹੀ ਮਾਰੀ ਜਾਂਦੇ ਯਾਰ ਆਪਣਾ ਆਪਣਾ ਦੱਸੋ ਸਰ ਮੇਰੀ ਤੁਹਾਨੂੰ ਬੇਨਤੀ ਮੈਂ 3-4 ਵਾਰੇ ਤੁਹਾਨੂੰ ਕਹਿ ਚੁੱਕਾ ਕਿ ਜੇ ਤੁਹਾਡੇ 'ਚ ਹਿੰਮਤ ਹੈ ਤੇ 5 ਸਾਲ ਦਾ ਕੈਪਟਨ ਅਮਰਿੰਦਰ ਸਿੰਘ ਦਾ ਰਿਪੋਰਟ ਕਾਰਡ ਪੇਸ਼ ਕਰੋ ਤੁਹਾਡੀ ਸਰਕਾਰ ਹੀ ਆ ਜਿਹੜੇ ਚੰਨੀ ਸਾਹਿਬ ਨੂੰ ਤੁਸੀਂ ਐਡਰੈਸ ਕਰਕੇ ਕਹਿ ਰਹੇ ਮੁਕਤਸਰ ਵਾਲੇ ਧਰਨੇ ਦੇ ਵਿੱਚ ਚੰਨੀ ਸਾਹਿਬ ਵੀ ਚੀਫ ਮਿਨਿਸਟਰ ਹੋਏ ਚੰਨੀ ਸਾਹਿਬ ਪਹਿਲਾਂ ਕੈਪਟਨ ਸਾਹਿਬ ਦੇ ਨਾਲ ਮਿਨਿਸਟਰ ਹੋਏ ਰਾਜਾ ਬੜਿੰਗ ਜੀ ਮਿਨਿਸਟਰ ਹੋਏ ਸੁਖੀ ਰੰਧਾਵਾ ਜੀ ਮਿਨਿਸਟਰ ਹੋਏ ਤ੍ਰਿਪਤ ਬਾਜਵਾ ਜੀ ਮਿਨਿਸਟਰ ਹੋਏ ਉਹ ਸਰ ਕਿਤੇ ਆਪਣੀ ਸਰਕਾਰ ਦੀ 5 ਸਾਲਾਂ ਦੀ ਰਿਪੋਰਟ ਪੰਜਾਬ ਨੂੰ ਦਿਓ ਅਸੀਂ ਤੁਹਾਨੂੰ 1.5 ਸਾਲ ਆ 19 ਸਤੰਬਰ ਲੰਘਿਆ 1.5 ਸਾਲ ਦੀ ਟਾਈਮ ਦੇ ਵਿੱਚ ਜਿੰਨੇ ਭਗਵੰਤ ਮਾਨ ਜੀ ਨੇ ਕੰਮ ਕੀਤੇ ਜਿੰਨੇ ਪੰਜਾਬ ਵਿੱਚ ਕੰਮ ਹੋਏ ਜਿੰਨੀਆਂ ਨੌਕਰੀਆਂ ਦਿੱਤੀਆਂ ਜਾਣਗੀਆਂ ਸਰ ਕਦੀ ਦਿੱਤੀਆਂ ਤੁਸੀਂ ਨੁਕਤਾਚੀਨੀ ਊਲ ਜਲੂਲ ਦੇ ਮਤਲਬ ਜਿਹੜੇ ਨੁਕਤਾਚੀਨੀ ਕਰਦੇ ਹੋ ਨੁਕਤਾਚੀਨੀ ਕਰਨ ਦੇ ਬਜਾਏ ਸਰ ਆਪਣਾ ਸਟੈਂਡ ਸਪਸ਼ਟ ਕਰੋ ਔਰ ਪੰਜਾਬ ਦੇ ਲੋਕਾਂ ਨੂੰ ਦੱਸੋ ਕਿ 5 ਸਾਲ ਇਸ ਸਰਕਾਰ ਨੇ ਤੇ ਉਹਦੇ ਤੋਂ 5 ਸਾਲ ਪਹਿਲਾਂ ਜਿਹੜੀ ਸਰਕਾਰ ਸੀ ਤੁਹਾਡੀ ਜਿਹੜੀ 10 ਸਾਲ ਪਹਿਲਾਂ ਅਕਾਲੀ ਦਲ ਦੀ ਉਹ ਤੋਂ 5 ਸਾਲ ਦਾ ਜਿਹੜੇ ਤੁਸੀਂ ਮਿਨਿਸਟਰ ਸੀਗੇ ਉਹਦੀ ਕੋਈ ਕੋਈ ਪ੍ਰਾਪਤੀ ਦਿਖਾਓ ਸਾਨੂੰ ਕਿਆ ਪ੍ਰਾਪਤੀ ਆ ਬੈਠੋ ਕਦੇ ਬਹਿਸ ਕਰੋ ਔਰ ਤੁਹਾਡੇ ਨਾਲ ਮਾਝੇ ਦੀ ਧਰਤੀ ਤੇ ਤੁਹਾਡੇ ਨਾਲ ਬਹਿਸ ਕਰਦੇ ਹੋ ਤੁਸੀਂ ਮਾਝੇ ਦੇ ਲੀਡਰ ਹੋ ਤੁਹਾਡੇ ਨਾਲ ਮਾਝੇ 'ਚ ਕੋਈ ਨੀ ਤੁਸੀਂ ਪੰਜਾਬ ਦੀਆਂ ਗੱਲਾਂ ਕਰਦੇ ਹੋ ਮਾਝੇ ਵਾਲੇ ਤੇ ਜਿਹੜੇ ਕਾਂਗਰਸ ਦੇ MLA ਤੁਹਾਨੂੰ ਕਹਾਉਂਦੇ ਨੀ ਉਹਦਾ ਹਾਈਕਮਾਂਡ ਨੇ ਲਾਇਆ ਤੁਹਾਨੂੰ ਜਿਹੜਾ ਵਿਰੋਧੀ ਧਿਰ ਦਾ ਨੇਤਾ ਇਸ ਕਰਕੇ ਤੁਹਾਡੇ ਨਾਲ ਨੇ ਸਰ ਜੋ ਫੈਸਲਾ ਪਾਰਟੀਆਂ ਹਾਈਕਮਾਂਡ ਕਰਦੀਆਂ ਉਹ ਹਾਈਕਮਾਂਡ ਦਾ ਫੈਸਲਾ ਹੁੰਦਾ ਨਾ ਕਦੀ ਪਹਿਲਾਂ ਏਦਾਂ ਹੋਇਆ ਨਾ ਕਦੀ ਹੋਣੀ ਏਦਾਂ ਹੋਣਾ ਸੋ ਮੇਰੀ ਤੁਹਾਨੂੰ ਬੇਨਤੀ ਹੈ ਭਗਵੰਤ ਮਾਨ ਜੀ ਦੇ ਉੱਤੇ ਚਿੱਕੜਸ਼ਾਹੀ ਕਰਨ ਤੋਂ ਪਹਿਲਾਂ ਸਰ ਆਪਣਾ ਅੰਦਰ ਦੇਖੋ ਪਹਿਲਾਂ ਤੁਸੀਂ ਪਿਛਲੀ ਵਜ਼ਾਰਤ ਦੇ ਵਿੱਚ ਮਾਝੇ ਦੇ ਕਿੰਨੇ ਵਜ਼ੀਰ ਸੀਗੇ ਤੁਹਾਡੇ ਨਾਲ ਬੈਠੇ ਆ ਆ ਜਿਹੜੇ ਜਿੰਨੇ ਵੀ ਸੋਨੀ ਸਾਹਿਬ ਸਰਕਾਰ ਗਿਆ ਤ੍ਰਿਪਤ ਬਾਜਵਾ ਅਰਨਾ ਰਾਣੀ ਸੁਖਵਿੰਦਰ ਰੰਧਾਵਾ 5-6 ਮਾਝੇ ਦੇ ਮਿਨਿਸਟਰ ਸੀਗੇ ਤੁਸੀਂ ਦੱਸੋ ਮਾਝੇ ਦੇ ਵਿੱਚ ਕੀ ਹੋਇਆ ਮਾਝੇ ਦਾ ਕਿੰਨਾ ਬੁਰਾ ਹਾਲ ਹੈ ਮਾਝੇ ਦੀਆਂ ਰੋਡਸ ਕਿੰਨੀਆਂ ਬੁਰੀਆਂ ਹਾਲ ਹੈ ਜਿਹੜੀਆਂ ਹੁਣ ਮਾਨ ਸਾਹਿਬ ਨੇ ਸ਼ੁਰੂ ਕੀਤੀਆਂ ਮਾਝੇ ਦੇ ਸਕੂਲਾਂ ਦਾ ਕਿੰਨਾ ਬੁਰਾ ਹਾਲ ਹੈ ਜੇ ਨਹੀਂ ਤੁਹਾਨੂੰ ਦੱਸਦਾ ਹਾਲ ਹੈ MLA ਸੀ ਤੁਸੀਂ ਆਪ ਰਹੇ ਹੋ ਤੁਸੀਂ MP ਹੋ ਸਰ ਆਪਣਾ ਰਿਪੋਰਟ ਕਾਰਡ ਪੇਸ਼ ਕਰੋ ਭਗਵੰਤ ਮਾਨ ਨੇ ਜਿੰਨਾ ਕੰਮ ਕਰਤਾ ਹੁਣ ਤੱਕ ਇੰਨਾ ਕੰਮ ਤਾਂ ਤੁਹਾਡੀ ਸਰਕਾਰ ਪਿਛਲੇ 15-20 ਸਾਲਾਂ 'ਚ ਨਹੀਂ ਕਰ ਸਕੀ ਸੋ ਮੈਂ ਕਹਿ ਸਕਦਾ ਕਿ ਜਿਹੜਾ ਤੁਸੀਂ ਕਦੀ ਸਾਨੂੰ ਮਾਲ ਮਟੀਰੀਅਲ ਆਓ ਕਹਿੰਦੇ ਹੋ ਸਾਡੀ ਅਸੀਂ ਤੁਹਾਡੇ ਵਰਗੇ ਮਾਲ ਮਟੀਰੀਅਲ ਦੇ ਸਤਾਏ ਬੰਦੇ ਅਸੀਂ ਤੁਹਾਡੇ ਵਰਗੇ ਪੰਜਾਬ ਦੇ ਮੁੰਡੇ ਕੁੜੀਆਂ ਆਮ ਲੋਕ
ਕਾਂਗਰਸ ਤੇ ਕਾਲੀਆਂ ਦੇ ਸਤਾਏ ਜਿਹੜੇ ਉਹਨਾਂ ਨੇ ਆਪਣੀ ਨਵੀਂ ਪਾਰਟੀ ਬਣਾਈ ਹੈ ਔਰ ਉਹਨਾਂ ਨੇ ਇੱਕ ਸਧਾਰਨ ਕਿਸਾਨ ਦਾ ਮੁੰਡਾ ਮਹਤਬਿੰਦਰ ਸਿੰਘ ਦਾ ਮੁੰਡਾ ਜਿਹੜਾ ਉਹਨੂੰ ਮੁੱਖ ਮੰਤਰੀ ਬਣਾਇਆ ਗਰੀਬ ਘਰਾਂ ਦੇ ਮੁੰਡਿਆਂ ਨੂੰ ਐਮਐਲਏ ਬਣਾ ਕੇ ਮੰਤਰੀ ਬਣਾਇਆ ਸੋ ਬਾਜਵਾ ਸਾਹਿਬ ਤੁਹਾਡੇ ਸੰਬੰਧ ਕੋਈ ਨਹੀਂ ਮੇਰਾ ਤਾਂ ਤੁਹਾਨੂੰ ਚੈਲੰਜ ਹੈ ਕਿ ਪਹਿਲਾਂ ਤੁਸੀਂ ਕਾਂਗਰਸ ਦਾ ਇੱਕ ਐਮਐਲਏ ਪੰਜਾਬ ਦਾ ਹੱਥ ਖੜਾ ਕਰਕੇ ਕਹਿੰਦੇ ਕਿ ਮੈਂ ਬਾਜਵਾ ਦੇ ਨਾਲ ਹੈ ਜੀ ਕਹਿੰਦੇ ਨਹੀਂ ਕਿ ਜਿੰਮਤ ਹੈਗੀ ਆ ਕੋਈ ਕਹੇ ਇੱਕ ਵੀ ਮੈਂ ਪ੍ਰਤਾਪ ਬਾਜਵਾ ਦੇ ਨਾਲ ਫਿਰ ਤੁਹਾਡੀ ਲੀਡਰੀ ਨੂੰ ਮੰਨ ਲਾਂਗੇ ਕਿ ਕਿੰਨੀ ਤੁਹਾਡੀ ਲੀਡਰੀ ਆ ਸੋ ਬੋਲਣ ਤੋਂ ਪਹਿਲਾਂ ਆਪਣਾ ਆਪ ਬਾਜਵਾ ਸਾਹਿਬ ਵੇਖ ਲਿਆ ਕਰੋ ਤੁਸੀਂ ਬੋਲਦੇ ਅੰਕੜੇ ਇੰਨੇ ਤੁਸੀਂ ਗਲਤ ਦਿੰਦੇ ਹੋ ਇੰਨਾ ਝੂਠ ਬੋਲਦੇ ਹੋ ਤੁਸੀਂ ਆਪਣੀਆਂ ਸਰਕਾਰਾਂ ਦੀ ਗੱਲ ਨਹੀਂ ਕਰਦੇ ਵੀ ਕਾਂਗਰਸ ਨੇ ਕੀ ਕੀਤਾ ਤੇ ਜਿਹੜਾ ਮਾਨ ਸਾਹਿਬ ਰੋਜ਼ ਕੰਮ ਕਰ ਰਹੇ ਤੁਹਾਨੂੰ ਦੇਤਾ ਵੀ ਤੁਹਾਡਾ ਮੁੱਖ ਮੰਤਰੀ ਤੇ 5 ਸਾਲਾਂ 5 ਵਾਰ ਦੇ ਨਿਕਲਿਆ ਹੋਣਾ ਭਗਵੰਤ ਮਾਨ ਰੋਜ਼ ਦੋ ਦੋ ਤਿੰਨ ਤਿੰਨ ਥਾਵਾਂ ਤੇ ਮੀਟਿੰਗਾਂ ਰੈਲੀਆਂ ਲੋਕਾਂ ਚ ਹਰ ਬੰਦੇ ਨੂੰ ਮਿਲਿਆ ਪਤਾ ਨਹੀਂ 1.5 ਸਾਲ ਜੀ ਮੇਰਾ ਖਿਆਲ ਘੱਟੋ ਘੱਟ ਦੀ ਤੇ 300 ਥਾਵਾਂ ਤੇ ਚਲੇ ਗਏ ਹੋਣੇ ਆਪਣੇ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਦਿਖਾਓ ਜਰਾ ਇਹ ਕਿੰਨਾ ਕੁ ਗਏ 5 ਸਾਲ ਘੱਟੋ ਦੀ ਨਿਕਲੇ ਸਰ ਬੋਲਣ ਤੋਂ ਪਹਿਲਾਂ ਹੀ ਆਰਵਾਜ਼ ਸੋਚਿਆ ਕਰੋ ਆਪਣੀ ਪਾਰਟੀ ਬਾਰੇ ਆਪਣੇ ਬਾਰੇ ਸਭ ਤੁਹਾਡੇ ਨਾਲ ਐਮਐਲਏ ਉਦੋਂ ਕੋਈ ਨਹੀਂ ਜਦੋਂ ਤੁਸੀਂ ਪ੍ਰਧਾਨ ਸੀ ਕਾਂਗਰਸ ਦੇ ਹੁਣ ਤੁਹਾਡੇ ਨਾਲ ਕਿੰਨੇ ਹੋਣਾ ਉਦੋਂ ਵੀ ਕਿੰਨੇ ਕਾਂਗਰਸ ਦੇ ਐਮਐਲਏ ਸਭ ਤੁਹਾਡੇ ਤੋਂ ਬਾਗੀ ਹੋ ਗਏ ਕਿਉਂਕਿ ਤੁਹਾਡਾ ਕੰਮ ਕਰਦਾ ਸਟਾਈਲ ਹੀ ਇਦਾਂ ਦਾ ਕਿ ਤੁਹਾਡੇ ਨਾਲ ਦੋ ਤਿੰਨ ਦਿਨ ਬੰਦਾ ਰਹਿੰਦਾ ਫਿਰ ਚੌਥੇ ਦਿਨ ਉਹਨੂੰ ਪਤਾ ਲੱਗ ਜਾਂਦਾ ਵੀ ਇੱਥੇ ਕੁਝ ਨਹੀਂ ਹੈਗਾ ਸੋ ਮੈਂ ਇਹੀ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਸੀਗਾ ਕਿ ਬਾਜਵਾ ਇਹਨਾਂ ਦੇ ਲੀਡਰ ਇਹਨਾਂ ਦੀਆਂ ਗੱਲਾਂ ਚ ਆਉਣ ਦੀ ਕੋਈ ਤੁਹਾਨੂੰ ਲੋੜ ਨਹੀਂ ਤੁਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮ ਜਿਹੜੇ ਰੋਜ਼ਮਰੀ ਦੇ ਕੰਮ ਰੋਜ਼ ਸਾਡੀਆਂ ਧੀਆਂ ਨੂੰ ਸਾਡੇ ਮੁੰਡਿਆਂ ਨੂੰ ਜਿਹੜੀਆਂ ਨੌਕਰੀਆਂ ਮਿਲਦੀਆਂ ਸੜਕਾਂ ਬਣਦੀਆਂ ਜਿਹੜਾ ਬਿਜਲੀ ਮਾਫੀ ਹੋਈ ਹੈ ਕਿੰਨੇ ਕੰਮ ਹੋ ਗਏ ਅਸੀਂ ਵੱਲਾ ਹੁਣੇ ਹੀ ਸਕੂਲ ਆਫ ਐਮੀਨੇਸ਼ਨ ਸ਼ੁਰੂ ਕੀਤਾ ਅਸੀਂ ਮਹੱਲਾ ਕਲੀਨਿਕ ਬਣਾ ਰਹੇ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਸੋ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਮਾਨ ਸਾਹਿਬ ਪੰਜਾਬ ਦਾ ਇੱਕੋ ਇੱਕ ਲੀਡਰ ਹੈ ਜਿਹੜਾ ਇਤਿਹਾਸ ਦੇ ਵਿੱਚ ਪਹਿਲੀ ਵਾਰ ਇਦਾਂ ਦਾ ਮੁੱਖ ਮੰਤਰੀ ਆਇਆ ਜਿਹੜਾ ਮੁੱਖ ਮੰਤਰੀ ਮਤਲਬ ਰੋਜ਼ ਹੀ ਲੋਕਾਂ ਚ ਰਹਿੰਦਾ ਇੱਥੇ ਤੇ ਮੁੱਖ ਮੰਤਰੀ ਨੂੰ ਮਿਲਣਾ ਬੜਾ ਔਖਾ ਸੀ ਹੁਣ ਤਾਂ ਮਾਨ ਸਾਹਿਬ ਰੋਜ਼ ਲੋਕਾਂ ਚ ਰਹਿੰਦੇ ਆ ਸੋ ਮੈਂ ਇਹੀ ਗੱਲ ਕਹਿਣੀ ਚਾਹੁੰਦਾ ਸੀਗਾ ਕਿ ਬਾਜਵਾ ਸਾਡੇ ਐਮਐਲਏ ਗਏ ਦੀ ਬਜਾਏ ਪਹਿਲਾਂ ਆਪਣੇ ਨਾਲ ਕਿਤੇ ਖਲੋ ਕੇ ਹੱਥ ਖੜੇ ਕਰਕੇ ਦਿਖਾਵੇ ਕਿ ਆ ਜੀ ਆ ਜਾਓ ਮੇਰੇ ਨਾਲ ਕਿਹਦੀ ਅਹਿਮਤ ਕੋਈ ਕੋਈ ਹੈਗਾ ਐਮਐਲਏ ਇਹੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ